ਨੂੰ ਕਦੇ ਸਿਰੇ ਦੀ ਧਰਤੀ ਦੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਔਰ 21 ਜੁਲਾਈ ਨੂੰ ਕਹਿੰਦੇ ਮਨਾਰੇ ਦੀ ਧਰਤੀ ਤੇ ਪਹਿਲੀ ਰੇਡ ਪਾਉਣ ਦੇ ਲਈ ਇਹ ਸਾਹਮਣੇ ਕਹਿੰਦੇ ਛਬੀ ਕਹਿੰਦੇ ਕਹਿੰਦੇ ਗੋਦ ਲੈ ਮੇਰੇ ਮਿੱਤਰੋ ਉਧਰ ਚਾਰ ਨੇ ਚਾਰੇ ਤਿਆਰ ਨੇ ਕਹਿੰਦੇ ਫੜਿਆ ਹੋਇਆ ਗੋਡੀ ਤੇ ਛਬੀ ਕਹਿੰਦੇ ਇੱਕ ਤਗੜੇ ਅੱਖ ਦਾ ਵਾਧਾ ਕਰ ਇੱਕ ਤਗੜੇ ਅੱਖ ਦਾ ਵਾਧਾ ਕਰ ਆਪਣੀ ਟੀਮ ਦੇ ਲਈ ਜੀਰੋ ਬਾਲੀਵੁੱਡ ਜੀਰੋ ਸਭੀ ਬਾਬਰੀਆਂ ਦਾ ਖਾਤੇ ਵਿੱਚ ਜੋੜ ਰਹੇ ਹੋ ਸੰਦੀਪ ਸਿੰਘ ਭੱਟੀ ਸ਼ਮਾ ਖਾਨ ਜੀ ਸਾਡੇ ਨਾਲ ਲਾਈਵ ਤੇ ਜਿਹੜੇ ਵੀ ਦੇਖਦੇ ਹੈ ਸੋ ਸਾਰਿਆਂ ਦਾ ਧੰਨਵਾਦ ਹੈ ਵੈਲਕਮ ਜੀਆ ਗਰੀਸ ਦੀ ਧਰਤੀ ਹੈ ਕਿ ਇਸ ਦੁਨੀਆਂ ਤੋਂ ਰੋਜ ਨਹੀਂ ਆਉਣਾ ਮਨ ਨੂੰ ਇਹ ਸਮਝ ਆ ਲੈ ਫਿਰ ਲੈ ਪੁੱਤ ਜੰਮਦੀਆਂ ਮਾਮਾ ਪਾਜਾ ਖਾਨੇ ਵਾਲੇ ਉਹ ਸਾਹਮਣੇ ਕਹਿੰਦੇ ਕਫੈ ਤੁਲਾ ਕਹਿੰਦੇ ਕਿ ਇਹ ਪਾਕਿਸਤਾਨ ਦਾ ਕਹਿੰਦੇ ਰੂਸੀ ਕਹਿੰਦੇ ਮਸ਼ਹੂਰ ਕ੍ਰਿਕਟਰ ਹੈ ਤੇ ਕਹਿੰਦੇ ਮੁੰਡੇ ਨੂੰ ਪਿਆਰ ਦੇ ਨਾਲ ਰੂਸੀ ਕਹਿੰਦੇ ਹੈ ਸਾਹਮਣੇ ਰਜਿੰਦਰ ਕਿੰਦਰੇ ਜੀ ਦੀ ਲਾਈਵ ਦਾ ਜੁੜੇ ਨੇ ਆਹ ਜੂਤਾ ਕਹਿੰਦੇ ਸਭ ਦੀ ਧਰਤੀ ਦਾ ਮੇਰੇ ਮਿੱਤਰੋ ਆਹ ਕਹਿੰਦੇ ਇਹ ਪਾਕਿਸਤਾਨ ਲੈਂਦੇ ਪੰਜਾਬ ਦਾ ਪੂਰੀ ਮੇਜਵਾਨ ਇੱਕ ਜੂਤਾ ਤੇ ਇਹ ਕਹਿੰਦੇ ਪਾਕਿਸਤਾਨ ਕਬੱਡੀ ਕਲੱਬ ਦਾ ਪਰ ਕਹਿੰਦੇ ਰੈਫਰੀ ਦਾ ਫੈਸਲਾ ਉਸ ਪੁਆਇੰਟ ਦਾ ਜਾਫੀ ਦਾ ਹੈ ਕਹਿੰਦੇ ਪੁਆਇੰਟ ਕਹਿੰਦੇ ਜਾਫੀ ਦਾ ਉਧਰ ਸਾਹਮਣੇ ਕਹਿੰਦੇ ਰੇਡ ਪਾਉਣ ਦੇ ਲਈ ਮੇਰੇ ਮਿੱਤਰੋ ਇਹ ਕਹਿੰਦੇ ਛਬੀ ਕਹਿੰਦੇ ਗੋਦਲ ਹੈ ਕਿ ਛਬੀ ਗੋਦਲ ਦੀ ਰੇਡ ਉਧਰ ਚਾਰ ਨੇ ਚਾਰੇ ਬਿਲਕੁਲ ਤਿਆਰ ਨੇ ਕਹਿੰਦੇ ਛਬੀ ਨੇ ਤਜਿੰਦਰ ਨੂੰ ਟੱਚ ਕੀਤਾ ਜਿਹੜਾ ਪੁਆਇੰਟ ਕਹਿੰਦੇ ਉਹ ਪੱਟ ਕਬੱਡੀ ਕਲੱਬ ਦਿਲੇਸੀ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਹੈ ਔਰ ਸਾਹਮਣੇ ਕਹਿੰਦੇ ਇਹ ਕਹਿੰਦੇ ਭੇਟਾਂ ਦੀ ਧਰਤੀ ਹੈ ਤੇ ਆਇਆ ਪ੍ਰੀਤਾ ਤੇ ਆਪਣੀ ਲੱਗਣ ਨਹੀਂ ਦਿੰਦਾ ਦੋ ਕਬੱਡੀ ਤੇ ਕਪੂਰਥਲਾ ਚੀਜ਼ਾਂ ਨਹੀਂ ਉਹ ਦੋ ਸੀਮਾ ਧਰੀ ਦੀ ਟੀਮ ਨੂੰ ਕਰਦੇ ਆ ਕਿ ਜਲਦੀ ਤੋਂ ਜਲਦੀ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਪੁੱਜ ਜਾਵੇ ਤਾਂ ਕਿ ਜੋ ਅਗਲਾ ਫਾਈਨਲ ਮੈਚ ਹੈ ਇਹ ਕਹਿੰਦੇ ਸੰਧੂ ਹੈ ਸੰਧੂ ਵੀ ਕਹਿੰਦੇ ਰੇਮ ਤੇ ਕਹਿੰਦੇ ਸਾਹਮਣੇ ਕਹਿੰਦੇ ਇਹ ਕਹਿੰਦੇ ਸ਼ਾਹਪੁਰੀਆ ਸੁਨੀਲ ਸੁਨੀਲ ਕਹਿੰਦੇ ਉਹ ਸਾਹਮਣੇ ਕਹਿੰਦੇ ਰੇਡ ਪਾਉਣ ਦੇ ਲਈ ਕਹਿੰਦੇ ਮਨਦੀਪ ਜੀਵੇ ਵਾਲਾ ਕਹਿੰਦੇ ਮਾਝੇ ਦੀ ਧਰਤੀ ਕਹਿੰਦੇ ਜਿਹਨੇ ਤਗੜੇ ਪਲੇਅਰ ਪੈਦਾ ਕੀਤੇ ਆ ਜੇ ਕਹਿੰਦੇ ਮਾਝੇ ਦੇ ਪਲੇਅਰਾਂ ਦੀ ਗੱਲ ਕਰੀਏ ਤੇ ਕਹਿੰਦੇ ਸੁਖਮਨ ਚੋਲੇ ਵਾਲੇ ਦਾ ਤੇ ਅਰਸ਼ ਚੋਲਾ ਸਾਹਿਬ ਹੋਰ ਵੀ ਬਹੁਤ ਸਾਰੇ ਨਾਮ ਚੋਰ ਖਿਡਾਰੀ ਪੈਦਾ ਕੀਤੇ ਆ ਉਧਰ ਸਭ ਗੋਦਲ ਇੱਕ ਕੰਨੀ ਰਾਜੂ ਪੰਡਿਤ ਹਾਂਜੀ ਸਮਝ ਜੀ ਇਹ ਕਹਿੰਦੇ ਸੁਨੀਲ ਹੈ ਮੇਰੇ ਮਿੱਤਰੋ ਸ਼ਾਹਪੁਰੀਆ ਕਹਿੰਦੇ ਹੈਲੋ ਹਾਂਜੀ ਪੰਜ ਜੂਰੋ ਗਿੰਦੇ ਭੇਟਾਂ ਵਾਲੇ ਨੂੰ ਬਲਵਿੰਦਰ ਸਿੰਘ ਠੀਵਾ ਵੱਲੋਂ ਲੋ ਵੀ ਇੱਧਰ ਜੂਰੋਆਂ ਦੀ ਮਸ਼ੀਨਾਂ ਵੀ ਕਹਿੰਦੇ ਖੁੱਲ ਗਈਆਂ ਨੇ ਮੈਚ ਕਿਹੜੇ ਦਾ ਹੈ ਉਹ ਸਾਹਮਣੇ ਮੇਰੇ ਕਹਿੰਦੇ ਮਨਦੀਪ ਹੈ ਠੀਵੇ ਵਾਲਾ ਤੇ ਕਹਿੰਦੇ ਸਾਹਮਣੇ ਸ਼ੈਰੀ ਨੇ ਕੋਸ਼ਿਸ਼ ਕੀਤੀ ਹੈ ਸ਼ੈਰੀ ਨੇ ਕੋਸ਼ਿਸ਼ ਕੀਤੀ ਹੈ ਆਜ਼ਾਦ ਕਬੱਡੀ ਕਲੱਬ ਸੀਮਾਧਾਰੀ ਨੂੰ ਬੇਨਤੀ ਕਰਦੇ ਆ ਕਿ ਹਾਫ ਸਮੇਂ ਤੋਂ ਗਰਾਊਂਡ ਦੇ ਵਿੱਚ ਪੁੱਜ ਜਾਵੇ ਉਹ ਸਾਹਮਣੇ ਕਹਿੰਦੇ ਪੱਟ ਕਬੱਡੀ ਕਲੱਬ ਦਲੇਸੀ ਦਾ ਗੱਭਰੂ ਨੌਜਵਾਨ ਰੇਡ ਪਾਉਣ ਦੇ ਲਈ ਵਾਧਾ ਹੋਇਆ ਮੈਚ ਕਹਿੰਦੇ ਪੂਰਾ ਫਸਮਾ ਹੈ ਉਹ ਕਹਿੰਦੇ ਖਿਡਾਰੀਆਂ ਦਾ ਲੱਗਾ ਹੋਇਆ ਜ਼ੋਰ ਅੱਡੀ ਚੁੱਪ ਜ਼ੋਰ ਪਰ ਪੁਆਇੰਟ ਜਿਹੜਾ ਕਹਿੰਦੇ ਆ ਕਹਿੰਦੇ ਬਾਜੀਆਂ ਤਾੜੀਆਂ ਇਹ ਪਿਆਰ ਦੇ ਨਾਲ ਕਹਿੰਦੇ ਬੜਾ ਪਿਆਰ ਦੇ ਨਾਲ ਕਬੱਡੀ ਦਾ ਆਨੰਦ ਕਹਿੰਦੇ ਦਰਸ਼ਕ ਵੀ ਲੈ ਰਹੇ ਨੇ ਔਰ ਖਿਡਾਰੀ ਵੀ ਖੇਡ ਰਹੇ ਨੇ ਔਰ ਸਾਹਮਣੇ ਕੈਸਰ ਬਾਟਾ ਹੈ ਕੈਸਰ ਕਹਿੰਦੇ ਵੱਢ ਦੇ ਕੋਸ਼ਿਸ਼ ਕੀਤੀ ਪਰ ਪੁਆਇੰਟ ਕਹਿੰਦੇ ਭੇਟਾਂ ਵਾਲੇ ਦਾ ਇਹ ਕਹਿੰਦੇ ਕਫੈ ਦੇਲਾ ਕਹਿੰਦੇ
ਰੂਸੀ ਵੀ ਕਹਿੰਦੇ ਕਹਿੰਦੇ ਇਹ ਕਹਿੰਦੇ ਰੂਸੀ ਵੀ ਬੰਦੇ ਨੂੰ ਕਹਿੰਦੇ ਆ ਇਹ ਗਰੂਸ ਜਿਹਨੇ ਕਹਿੰਦੇ ਕਬੱਡੀ ਕੱਪ ਹੈ ਕਹਿੰਦੇ ਕੋਈ ਕਹਿੰਦਾ ਉਹ ਜਿੱਤੂ ਕੋਈ ਕਹਿੰਦਾ ਉਹ ਜਿੱਤੂ ਛੱਤ ਦੇ ਪੈਣੀ ਹੈ ਕਬੱਡੀ ਦਾ ਇਹ ਗਰੀਸ ਦਾ ਕਬੱਡੀ ਕੱਪ ਧੱਕ ਦੇ ਪੈਣੀ ਹੈ ਮਨੀ ਮਾੜੀ ਪੈਂਦਾ ਸਾਡਾ ਵੀਰ ਬੈਲਜੀਅਮ ਤੋਂ ਸਾਡੇ ਨਾਲ ਜੁੜ ਦਿੰਦਾ ਹੈ ਸੋ ਉਹਦਾ ਵੀ ਵੱਡਾ ਧੰਨਵਾਦ ਹੈ ਕਬੱਡੀ ਦਾ ਚੁਣੌਤੀ ਖਿਡਾਰੀ ਹੈ ਉਹ ਸਾਹਮਣੇ ਮੇਰੇ ਮਿੱਤਰੋ ਰੇਨ ਪੌਦੜੀ ਸੀਵੇ ਵਾਲਾ ਮਨਦੀਪ ਦੀ ਪਾਈ ਹੋਈ ਗੇਂਦ ਪੌਦੜੀ ਕਮਲ ਪੈਚ ਦਾ ਇਸ਼ਾਰਾ ਸੀਮਾਧਾਰੀ ਵਾਲੀ ਟੀਮ ਨੂੰ ਬੇਨਤੀ ਹੈ ਕਿ ਉਹ ਹਾਫ ਟਾਈਮ ਦੇ ਵਿੱਚ ਗਰਾਊਂਡ ਦੇ ਵਿੱਚ ਹਾਜ਼ਰ ਹੋ ਜਾਓ ਸੀਮਾਧਾਰੀ ਵਾਲੇ ਵੀਰਾਂ ਨੂੰ ਬੇਨਤੀ ਆ ਆ ਸਾਹਮਣੇ ਕਹਿੰਦੇ ਇਹ ਬੱਤ ਕਬੱਡੀ ਕਲੱਬ ਦਾ ਗਭਰੂ ਮੌਜ ਆ ਰੇਡ ਪੌਦੇ ਲਈ ਪਾਉਂਦਾ ਹੋਇਆ ਉਧਰ ਚਾਰ ਨੇ ਚਾਰੇ ਬਿਲਕੁਲ ਤਿਆਰ ਨੇ ਇਹ ਕਹਿੰਦੇ ਲਵ ਹੈ ਲਵ ਨੇ ਕੋਸ਼ਿਸ਼ ਕੀਤੀ ਪਰ ਪੁਆਇੰਟ ਜਿਹੜਾ ਕਹਿੰਦੇ ਮਨਦੀਪ ਥੀਵੇ ਵਾਲਿਆਂ ਨੂੰ ਬਲਵਿੰਦਰ ਸਿੰਘ ਥੀਵਾ ਵੱਲੋਂ 5 ਯੂਰੋ ਮਨਦੀਪ ਥੀਵੇ ਵਾਲੇ ਨੂੰ ਬਲਵਿੰਦਰ ਸਿੰਘ ਥੀਵਾ ਵੱਲੋਂ 5 ਯੂਰੋ ਆਜ਼ਾਦ ਕਬੱਡੀ ਕਲੱਬ ਸੀਮਾਧਾਰੀ ਨੂੰ ਬੇਨਤੀ ਕਰਦੇ ਆ ਕੁਲਜੀਤੇ ਆ ਜਾਓ ਜਲਦੀ ਟੀਮ ਲੱਗ ਗਿਆ ਜਾਓ ਸਮਾਂ ਤਕਰੀਬਨ 9 ਤੋਂ ਉੱਪਰ ਆ ਸਾਹਮਣੇ ਕਹਿੰਦੇ ਇਹ ਕਿੱਦਾਂ ਤੇ ਕਹਿੰਦੇ ਬਾਟੀ ਕਬੱਡੀ ਕਲੱਬ ਦਾ ਆ ਨੂੰ ਕਹਿੰਦੇ ਲੱਗ ਗਈ ਕੈਂਚੂ ਇਹ ਜੁੱਤੜੇ ਦੀ ਗਾਲ ਖਾ ਗਿਆ ਦੂਜੀ ਲੈ ਗਿਆ ਦਿਲਾਂ ਦਾ ਜਾਨੀ ਕਿੱਦਾਂ ਦੀ ਗਾਲ ਖਾ ਗਿਆ ਆ ਸਾਹਮਣੇ ਫੁੱਲਾ ਫੁੱਦਰ ਭਾਜੀ ਅਮਰੀਕਾ ਦਾ ਵੀ ਉਹ ਵੀ ਮੈਚ ਨੂੰ ਲਾਈਵ ਦੇਖਦੇ ਆ ਆ ਸਾਹਮਣੇ ਕਹਿੰਦੇ ਪਾਕਿਸਤਾਨ ਬੱਟ ਕਬੱਡੀ ਕਲੱਬ ਦਾ ਗਭਰੂ ਨੌਜਵਾਨ ਹੈ ਮੇਰੇ ਮਿੱਤਰੋ ਬਾਕੀ ਪਲੇਅਰਾਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਪਲੇਅਰ ਸਪੇਅਰ ਬਾਹਰ ਹੋ ਗਏ ਜਿਹੜੇ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਮੇਰੇ ਵੀਰੋ ਉਹੀ ਗਰਾਊਂਡ ਦੇ ਰਹਿਣ ਬਾਕੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਗਰਾਊਂਡ ਟੁਕੜਾ ਜਾਂ ਪਿੱਛੇ ਹੋ ਗਿਆ ਉਹ ਸਾਹਮਣੇ ਕਹਿੰਦੇ ਮਨਦੀਪ ਹੈ ਮੇਰੇ ਮਿੱਤਰੋ ਇਹ ਕਹਿੰਦੇ ਭੂਰੇ ਨੰਗਲ ਵਾਲਾ ਕਹਿੰਦੇ ਤਰਨ ਤਾਰਨ ਮਾਝੇ ਦਾ ਕਹਿੰਦੇ ਏਰੀਆ ਇਹ ਸਾਹਮਣੇ ਕਹਿੰਦੇ ਸ਼ਹਿਰੀ ਹੈ ਸ਼ਹਿਰੀ ਗੁੱਜਰ ਕਹਿੰਦੇ ਕੋਸ਼ਿਸ਼ ਕਰਦਾ ਪਰ ਕਹਿੰਦੇ ਮਨਦੀਪ ਹੈ ਮਨਦੀਪ ਦਾ ਕਹਿੰਦੇ ਮਨਦੀਪ ਹੈ ਕਿਉਂ ਸਾਹਮਣੇ ਕਹਿੰਦੇ ਸ਼ਮੀ ਗੋਦਲ ਦੀ ਤੇ ਇੱਕ ਕਹਿੰਦੀ ਰਾਜੂ ਪੰਡਿਤ ਇੱਕ ਕਹਿੰਦੀ ਸ਼ਾਹਪੁਰੀਆ ਸੁਨੀਲ ਹੈ ਕਹਿੰਦੇ ਉੱਚਾ ਲੰਬਾ ਵੀ ਹੈ ਤੇ ਨਾਲ ਕਹਿੰਦੇ ਲਾਭ ਹੈ ਤੇ ਨਾਲ ਕਹਿੰਦੇ ਪੰਡਿਤ ਨੇ ਕਹਿੰਦੇ ਤਗੜੇ ਪਰ ਫਸਟ ਹਾਂਜੀ ਪੁਆਇੰਟ ਜਿਹੜਾ ਪਹਿਲਾ ਟੱਚ ਰਾਜੂ ਨੇ ਕੀਤਾ ਜਿਹੜਾ ਪੁਆਇੰਟ ਹੈ ਉਹ ਚਾਫੀ ਦਾ ਰੈਫਰੀ ਦਾ ਫੈਸਲਾ ਆਖਰੀ ਤੇ ਕੱਲ ਹੋਵੇਗਾ ਹਾਂਜੀ ਆਜ਼ਾਦ ਕਬੱਡੀ ਕਲੱਬ ਸੀਮਾਧਾਰੀ ਨੂੰ ਬੇਨਤੀ ਕਰਦੇ ਆ ਤੇ ਜਲਦੀ ਨਾਲ ਜਲਦੀ ਗਰਾਊਂਡ ਦੇ ਵਿੱਚ ਪੁੱਜ ਜਾਓ ਤਾਂ ਕਿ ਜੋ ਅਗਲਾ ਫਾਈਨਲ ਮੈਚ ਹੈ ਜਲਦੀ ਕਰਵਾਇਆ ਜਾਣਾ ਦਰਸ਼ਕ ਵੀ ਬੜੀ ਦੂਰੋਂ ਪਹੁੰਚੇ ਆ ਸੋ ਸਾਰਿਆਂ ਨੇ ਸਮੇਂ ਦੇ ਨਾਲ ਹੀ ਘਰਾਂ ਨੂੰ ਵਾਪਸ ਆਉਣਾ ਔਰ ਸਾਹਮਣੇ ਕਹਿੰਦੇ ਸ਼ਾਹਪੁਰ ਦੀ ਧਰਤੀ ਦਾ ਮੇਰੇ ਮਿੱਤਰੋ ਇਹ ਕਹਿੰਦੇ ਬੂਟਾ ਇਹ ਬੂਟਾ ਕਹਿੰਦੇ ਬੂਟਾ ਸਾਹਿਬਪੁਰੀਆ ਹੈ ਬੂਟਾ ਸਾਹਿਬਪੁਰੀਆ ਕਹਿੰਦੇ ਇੱਕ ਤਗੜਿਆ ਕਿਤਾ ਵਾਧਾ ਕੀਤਾ ਬਾਕੀ ਬਾਹਰ ਹੋ ਜਾਓ ਬਾਕੀ ਜਿੰਨੇ ਵੀ ਬਾਹਰੋ ਮੇਰੇ ਵੀਰਾਂ ਦੇ ਬਾਹਰ ਹੋ ਜਾਓ ਬਾਹਰ ਹੋ ਜਾਓ ਰੇਡ ਪਾਉਣ ਦੇ ਲਈ ਸਾਹਮਣੇ ਕਹਿੰਦੇ ਇਹ ਗਭਰੂ ਨੌਜਵਾਨ ਇਹ ਕਹਿੰਦੇ ਬੱਟ ਕਬੱਡੀ ਕਲੱਬ ਦਾ ਕਹਿੰਦੇ ਪਲੇਅਰ ਜਾ ਰਿਹਾ ਉਧਰ ਇੱਕ ਦੋ ਤਿੰਨ ਚਾਰੇ ਨੇ ਭਰਾ ਤੈਨੂੰ ਚੰਗਾ ਲੱਗੇ ਤੈਨੂੰ ਹੱਥ ਉਹ ਸ਼ਾਹਪੁਰੀਆ ਸੁਨੀਲ ਹੈ ਤੇ ਇੱਕ ਦੋ ਕਹਿੰਦੇ ਬੱਟ ਕਬੱਡੀ ਕਲੱਬ ਦਾ ਕੋਈ ਨੌਜਵਾਨ ਪਰ ਪੁਆਇੰਟ ਕਹਿੰਦੇ ਬੱਟ ਕਬੱਡੀ ਕਲੱਬ ਦੇ ਖਾਤੇ ਦੇ ਵਿੱਚ ਜੋੜ ਦਿੰਦਾ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਖਿਡਾਰੀ ਸਾਹਮਣੇ ਕਦੇ ਤਜੁਰਬੇ ਹੈ ਪਰ ਪੁਆਇੰਟ ਕਦੇ
ਕਬੱਡੀ ਕਲੱਬ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਹੈ। ਜੱਟ ਕਬੱਡੀ ਕਲੱਬ ਦੇ ਖਾਤੇ ਦੇ ਵਿੱਚ साढ़े दस बट कबड्डी क्लब पॉइंट इन्हों फीता थीवा दे फाइनल मैच इस तो बाद खेडिया जाना जी टीम जीतूगी। हरी अगली रेड पॉइंट दे लई कहिंदे मनदीप है मेरे मित्रो सामने कहते रेड पॉइंट के लिए गबरू नौजवान लेंदे पंजाब का बॉटिंग कबड्डी क्लब का सुपर स्टार खिलाड़ी और सामने रणजीत सिंह जॉर्जिया ते अमरपाल उन्हां दा और सामने कहते राजू चाल और सोनू रामे वाली दिता जा रहा है साड़ी क्लब वालों क्योंकि कबड्डी के बड़े तगड़े प्रमोटर ने सपोर्टर ने धन्यवाद इन्होंने इदा ही योगदान पाते रहे। अगलियां टीमां नूं बेनती है कि तैयार रहो जीरो कहिंदे मिंदे चाचे वालों आ जिंदे लई और अगली रेड पॉइंट दे लई कहिंदे हे मेरे मित्रों मनदीप है ए थीवे वाला कहिंदे मनदीप ते शेरी दे नाल टक्कर हो गई है शेरी ते मनदीप कभी खब्बे कभी सज्जे और देखो कहिंदे लगदी कैची जफे स्वाद आया कि नहीं
ਆਜ਼ਾਦ ਕਬੱਡੀ ਕਲੱਬ ਸਿੰਘਾਂ ਧਾਰੀ ਵਾਲੇ ਵੀਰਾਂ ਨੂੰ ਬੇਨਤੀ ਕਰਦੇ
ਭਾਗ ਨਾਲੋਂ ਪਹਿਲਾਂ ਗਰਾਊਂਡ ਦੇ ਵਿੱਚ ਆ ਜਾਓ, ਸਮਾਂ ਬਹੁਤ ਹੋ ਚੁੱਕਾ। ਜਿਹੜੀਆਂ ਟੀਮਾਂ ਸਾਡੇ ਕੋਲ ਕਾਰਡ ਸਬਮਿਟ ਕੀਤਾ ਟੀਮਾਂ ਆਪਣਾ ਮਾਜ਼ੂਮਾ ਪ੍ਰਾਪਤ ਕਰ ਲਿਆ। ਖਾਤੇ ਦੇ ਵਿੱਚ ਜੋੜਦਾ ਹੈ ਸ਼ਬੀ ਗੋਂਦਲ। ਸਾਹਮਣੇ ਬੂਟਾ ਕਹਿੰਦੇ ਸਾਹਪੁਰੀਆ ਕਹਿੰਦੇ ਰੈਡ ਪਾਉਂਦੇ ਲਈ ਅੱਗੇ ਬਲ ਪਾਉਂਦਾ ਹੋਇਆ ਕਬੱਡੀ ਦਾ ਖਿਡਾਰੀ ਉੱਧਰ ਚਾਰ ਨੇ ਚਾਰੀ ਤਿਆਰ ਨੇ ਉਹ ਕਹਿੰਦੇ ਫੜਿਆ ਹੋਇਆ ਗੋਡ ਲੱਗ ਗਈ ਕੈਂਚੀ ਚੱਕਰੀ ਵਾਂਗੂ ਕਹਿੰਦੇ ਘੁਮਾ ਦਿੱਤਾ ਗੋਡ ਨੂੰ ਪਰ ਇੱਡਾ ਭਾਵੇਂ ਗੱਠ ਪੈਂਦੀ ਆ ਗੱਲ ਜੱਪਿਆ ਤੇ ਮੁੱਕਰੀ ਹੈ ਉਹ ਵੱਜਦੇ ਨੇ ਪੱਪ ਕਦੇ ਜ਼ੋਰ ਲੱਗਦਾ ਹੈ ਬੂਟਾ 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 ਸਮਾਂ ਬੜਾ ਬਲਵਾਨ ਹੈ ਹਮੇ ਦੀ ਕਦਰ ਕਰੋ। ਹਾਂਜੀ ਮੈਚ ਸਮਾਪਤ ਹੈ ਅਜੇ ਨਹੀਂ ਅਜੇ ਨਹੀਂ ਅਜੇ ਨਹੀਂ ਮੈਚ